ਕੋਈ ਵੀ ਅੰਬੈਸੀ ਆ ਜਾਂ ਕੋਈ ਵੀ ਹਾਈ ਕਮਿਸ਼ਨ ਹੈ, ਟਾਈਮ ਟੂ ਟਾਈਮ ਇਹਨਾਂ ਦੇ ਵੀਜ਼ਾ ਰੂਲਸ ਜਿਹੜੇ ਆ, ਮਤਲਬ ਕਿਸੇ ਟਾਈਮ ਬਹੁਤ ਅੱਛਾ ਦੇ ਰਿਹਾ ਵੀਜ਼ਾ, ਕਿਸੇ ਟਾਈਮ ਨਹੀਂ ਦੇ ਰਹੇ। ਸਕੂਲਿੰਗ ਵੀਜ਼ਾ ਜਿਹੜਾ ਇਸ ਟਾਈਮ ਅੱਛਾ ਆ ਰਿਹਾ, ਔਰ ਪੇਰੈਂਟਸ ਨਾਲ ਮਤਲਬ ਵੀਜ਼ਾ ਦੇ ਰਹੇ ਆ। ਇਹ ਪਿਛਲੇ ਜਿੰਨੇ ਕੇਸ ਲਗਾਏ ਸਾਰੇ 100% ਸਕਸੈਸਫੁਲ ਗਏ ਆ, ਚਾਹੇ ਅਸੀਂ ਪਲੱਸ ਵਨ ਵਾਲੇ ਬੱਚੇ ਵਾਸਤੇ ਲਿਆ ਹੋਏ, ਚਾਹੇ ਅਸੀਂ 7th ਕਲਾਸ ਦੇ ਬੱਚੇ ਵਾਸਤੇ ਲਿਆ ਹੋਏ, ਚਾਹੇ ਅਸੀਂ 5th ਕਲਾਸ ਦੇ ਬੱਚੇ ਵਾਸਤੇ ਲਿਆ ਹੋਏ। ਅਤੇ ਇਹ ਬਹੁਤ ਅੱਛਾ ਇਸ ਟਾਈਮ ਟ੍ਰੈਂਡ ਜਾ ਰਿਹਾ ਸਕੂਲਿੰਗ ਵੀਜ਼ਾ ਦਾ, ਕਿਉਂਕਿ ਕਿਧਰੇ ਨਾ ਕਿਧਰੇ ਮਾਂ ਬਾਪ ਦੀ ਚਾਹ ਹੁੰਦੀ ਹੈ ਕਿ ਬੱਚਾ ਸਾਡਾ ਬਾਹਰ ਪੜ੍ਹੇ, ਮਦਰ ਉਹਦੇ ਨਾਲ ਜਾ ਕੇ ਮਤਲਬ ਉਹ ਵੀ ਉਸ ਕੰਟਰੀ ਨੂੰ ਦੇਖ ਸਕੇ, ਨਾਲ ਬੱਚਾ ਜਿਹੜਾ ਉਹਦੀ ਉਹ ਐਜੂਕੇਸ਼ਨ ਨੂੰ ਉਹਨੂੰ ਸਪੋਰਟ ਕਰ ਸਕੇ। ਅਤੇ ਇਹੀ ਮਕਸਦ ਹੁੰਦਾ ਹਰ ਮਦਰ ਦਾ ਕਿ ਮੈਂ ਜਾ ਕੇ ਇਹਦੇ ਨਾਲ ਥੋੜ੍ਹੇ ਦੇਰ ਰਵਾਂ ਜਦ ਤੱਕ ਬੱਚਾ ਮੈਚੋਰ ਨਹੀਂ ਹੁੰਦਾ। ਹੁਣ ਤੁਸੀਂ ਇਹ ਦੇਖੋ ਕਿ ਯੂਨੀਵਰਸਿਟੀਜ਼ ਦੇ ਵਿੱਚ ਇੰਨੀ ਅੱਛੀ ਅੱਛੀ ਯੂਨੀਵਰਸਿਟੀਆਂ 'ਚ ਵੀ ਬੱਚਿਆਂ ਦੇ ਵੀਜ਼ੇ ਰਿਜੈਕਸ਼ਨ ਹੋ ਰਹੇ ਹੈ, ਜਦਕਿ ਸਕੂਲਿੰਗ ਵੀਜ਼ਾ ਪਲੱਸ ਵਨ ਦਾ 2 ਸਾਲ 'ਚ ਤਾਂ ਉਹਨੇ ਉੱਥੇ ਯੂਨੀਵਰਸਿਟੀ 'ਚ ਆ ਜਾਣਾ, ਅਤੇ ਪਲੱਸ ਵਨ ਵਾਲੇ ਬੱਚੇ ਦਾ ਜਿਹੜਾ ਵੀਜ਼ਾ ਆਰਾਮ ਨਾਲ ਆ ਰਿਹਾ, 10th ਵਾਲੇ ਬੱਚੇ ਦਾ ਵੀਜ਼ਾ ਆਰਾਮ ਨਾਲ ਆ ਰਿਹਾ, 7th ਵਾਲੇ ਬੱਚੇ ਦਾ ਉਹ ਵੀ ਪੇਰੈਂਟਸ ਦੇ ਨਾਲ, ਅਤੇ ਦੈਟਸ ਅ ਗੁੱਡ ਨਿਊਜ਼। ਐਂਡ ਟੋਟਲ ਜਿਹੜਾ ਇਹਦਾ ਡਿਟੇਲ ਇਹ ਹੈ, ਫੀਸਾਂ ਜਿਹੜੀ ਆ ਗਵਰਮੈਂਟ ਸਕੂਲਸ ਦੀ ਜਿਹੜੀ ਰਹਿੰਦੀ ਹੈ ਉਹ 12,000-11,000 ਤੋਂ ਸ਼ੁਰੂ ਹੋ ਕੇ 11,000 ਦੀ, ਜਦ ਮੈਂ ਗੱਲ ਕਰਾਂ ਕਲਾਸ ਜਿੰਨੀ ਛੋਟੀ ਹੋਏਗੀ ਉਹਦੇ ਹਿਸਾਬ ਨਾਲ ਫੀਸ ਹੁੰਦੀ ਹੈ, ਉਹਦੀ ਘੱਟ ਫੀਸ ਹੋਏਗੀ, ਜਿੱਦਾਂ ਜਿੱਦਾਂ ਕਲਾਸ ਵੱਧਦੀ ਜਾਏਗੀ ਫੀਸ ਵੱਧਦੀ ਜਾਂਦੀ ਹੈ। ਜੇ ਆਪਾਂ ਪਲੱਸ ਵਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਈ $20,000 ਫੀਸ ਹੈ, ਜੋ ਕਿ ਬਹੁਤ ਸਸਤੀ ਹੈ ਜੇ ਕੰਪੇਅਰ ਕਰੋ ਤੁਸੀਂ UK ਤੋਂ, ਕੈਨੇਡਾ ਤੋਂ ਔਰ USA ਤੋਂ। ਜਿਹਨਾਂ ਦੀ ਫੀਸ 40,000-45,000 ਆਮ ਫੀਸ ਹੈ, ਉਹੀ ਫੀਸ ਇੱਥੇ ਕੋਈ $20,000 ਆ ਰਹੀ ਹੈ, ਜਿਹੜੀ ਕਿ ਤੁਹਾਡੀ 11 ਲੱਖ ਹੈ, ਉਹ ਵੀ 11ਵੀਂ ਦੇ ਵਿੱਚ। ਜੇ ਇਹੀ ਬੱਚਾ ਕੋਈ 6-7 ਚ ਪੜ੍ਹ ਰਿਹਾ, ਇਹਨਾਂ ਦੇ $11,000-13,000 ਫੀਸ ਆਉਂਦੀ ਹੈ, ਜਿਹੜੀ ਕਿ 5.5-6 ਲੱਖ ਰੁਪਇਆ ਸਾਲ ਦੀ ਫੀਸ ਹੈ। ਤੁਸੀਂ ਇੱਥੇ ਕੋਈ ਮਰਜ਼ੀ ਬੋਰਡਿੰਗ ਸਕੂਲ 'ਚ ਬੱਚੇ ਨੂੰ ਪਾਓ, ਇਸ ਤੋਂ ਜ਼ਿਆਦਾ ਫੀਸ ਆਏਗੀ ਜਿਹੜੀ ਉੱਥੇ ਜਾ ਰਹੀ ਹੈ ਤੁਹਾਡੀ ਫੀਸ। ਇੱਕ ਤਾਂ ਤੁਹਾਡਾ ਜਿਹੜਾ ਓਵਰਆਲ ਜਿਹੜਾ ਆਸਟ੍ਰੇਲੀਆ ਵਰਗੀ ਕੰਟਰੀ ਦਾ ਐਕਸਪੋਜ਼ਰ ਮਿਲ ਰਿਹਾ, ਸਟੂਡੈਂਟ ਉੱਥੇ ਇੰਨੇ ਸਾਰੇ ਸਟੂਡੈਂਟਸ ਅਤੇ ਲੋਕਲ ਸਟੂਡੈਂਟਸ ਦੇ ਨਾਲ ਪੜ੍ਹ ਰਿਹਾ, ਐਕਸਪੋਜ਼ਰ ਮਿਲ ਰਿਹਾ, ਮਦਰ ਨਾਲ ਜਾ ਸਕਦੀ ਹੈ। ਫੰਡ ਜਿਹੜੇ ਸ਼ੋਅ ਕਰਨ ਵਾਲੇ ਆ ਉਹ ਜਿਹੜੇ ਆ ਉਹੀ 1 ਈਅਰ ਲਿਵਿੰਗ ਅਸੀਂ ਸ਼ੋਅ ਕਰਨੇ ਹੈ, ਐਂਡ ਜਿਹੜਾ ਏਅਰਫੇਅਰ ਵਗੈਰਾ ਜੋ ਵੀ ਡਿਪੈਂਡੈਂਟ ਦੇ ਨਾਲ ਥੋੜ੍ਹੇ ਜਿਹੇ ਫੰਡ ਸ਼ੋਅ ਕਰਨੇ ਆ, ਲੇਕਿਨ ਪੁਰਾਣੇ ਹੋਣੇ ਚਾਹੀਦੇ, ਇੱਕਦਮ ਨਵੇਂ ਨਾਮ ਤੁਸੀਂ ਪਾਓ, ਇਹ ਮੇਨ ਹੁੰਦਾ ਸਕੂਲਿੰਗ ਵੀਜ਼ਾ 'ਚ। ਅਸੀਂ ਵਿਕਟੋਰੀਆ ਗੌਰਮੈਂਟ ਦੀ ਤਰਫ ਤੋਂ ਆਥੋਰਾਈਜ਼ਡ ਰਿਪ੍ਰੈਜੈਂਟੇਟਿਵਸ ਹਾਂ, ਉੱਥੇ ਜੋ ਮਰਜ਼ੀ ਸਕੂਲ ਹੋਏ ਵਿਕਟੋਰੀਆ ਦੇ ਵਿੱਚ, ਉਹਨਾਂ ਦੇ ਵਿੱਚ ਅਸੀਂ ਕਿਸੇ ਵਿੱਚ ਵੀ ਐਡਮਿਸ਼ਨ ਕਰਾ ਸਕਦੇ ਹਾਂ। ਬਾਕੀ ਸਿਡਨੀ, ਬ੍ਰਿਸਬੇਨ, ਬੱਚਾ ਜਿੱਥੇ ਮਰਜ਼ੀ ਗਏ, ਐਡੀਲੇਟ, ਅਸੀਂ ਹਰ ਜਗ੍ਹਾ ਕਰਾ ਸਕਦੇ ਹਾਂ, ਬਟ ਵਿਕਟੋਰੀਆ ਗਵਰਨਮੈਂਟ ਦੇ ਅਸੀਂ ਅਥੋਰਾਈਜ਼ਡ ਰਿਪ੍ਰੈਜੈਂਟੇਟਿਵ ਹਾਂ। ਐਂਡ ਜਿਹੜਾ ਰਿਜ਼ਲਟ ਹੈ ਉਹ ਵੀ ਬਹੁਤ ਜਲਦੀ ਆ ਰਿਹਾ, ਵਿਦਇਨ 1 ਵੀਕ 10 ਡੇਜ਼ ਰਿਜ਼ਲਟ ਆ ਰਹੇ ਆ ਵੀਜ਼ਾ ਦੇ। ਅਤੇ ਇਹ ਸਟੂਡੈਂਟਸ ਵਾਸਤੇ ਇੱਕ ਅੱਛੀ ਨਿਊਜ਼ ਹੋ ਸਕਦੀ ਹੈ ਕਿ ਇੰਨੀ ਘੱਟ ਫੀਸ 'ਚ ਜਾ ਕੇ ਇਹਨਾਂ ਨੇ 1-2 ਸਾਲ ਪੜ੍ਹ ਲਿਆ, ਉਹਦੇ ਬਾਅਦ ਯੂਨੀਵਰਸਿਟੀ ਵਾਸਤੇ ਇੱਥੋਂ ਜਿਹੜਾ GT ਕਰਾਓ, ਬੱਚੇ ਦੀ ਐਕਸੈਪਟ ਕਰ ਰਹੇ ਨਹੀਂ ਕਰ ਰਹੇ, ਆਰਟਸ ਵਾਲਾ ਬੱਚਾ ਉਹਨੂੰ ਐਕਸੈਪਟ ਨਹੀਂ ਕਰ ਰਹੇ ਜਾਂ, ਅਤੇ ਇਹ ਸਾਰੇ ਕੋਈ ਵੀ ਓਬਸਟੈਕਲ ਨਹੀਂ ਹੈ। ਸਟੂਡੈਂਟ ਜਿਹੜਾ ਆਪਣੇ ਆਪ ਉਹਦੇ ਬਾਅਦ ਜੋ ਮਰਜ਼ੀ ਯੂਨੀਵਰਸਿਟੀ, ਚਾਹੇ ਉਹ ਬੜੀ ਯੂਨੀਵਰਸਿਟੀ ਹੈ, ਉਹਨੂੰ ਵੀ ਸਿਲੈਕਟ ਕਰ ਸਕਦਾ ਜੇ ਉਹਦਾ ਅੱਛਾ ਪ੍ਰੋਫਾਈਲ ਆ ਰਿਹਾ, ਔਰ ਉਹਨੂੰ ਉੱਥੇ ਜਾ ਕੇ ਉਨਾ ਹੀ ਪੈਸਾ ਬਚ ਜਾਣਾ ਜਿੰਨਾ ਲਗਾਇਆ, ਕਿਉਂਕਿ ਉੱਥੇ ਜਾ ਕੇ ਜੇ ਉਹਨੇ ਅੱਛਾ ਪਰਫੋਰਮ ਕੀਤਾ ਉਹਨੂੰ ਸਕਾਲਰਸ਼ਿਪ ਬਹੁਤ ਜ਼ਿਆਦਾ ਮਿਲ ਜਾਏਗੀ, ਤਾਂ ਮੈਨੂੰ ਲੱਗਦਾ ਜਿੰਨਾ ਪੈਸਾ ਲਗਾਇਆ ਉੱਥੇ ਬਚਾ ਵੀ ਸਕਦਾ। ਦੇਖੋ ਹੁਣ ਜੋ ਵੀ ਸਟੂਡੈਂਟਸ, ਇਹ ਬਹੁਤ ਸਹੀ ਟਾਈਮ ਹੈ, ਆਪਾਂ ਤਾਂ ਹੀ ਇਹ ਵੀਡੀਓ ਬਣਾ ਰਹੇ ਹਾਂ। ਰੀਜ਼ਨ ਬੀਇੰਗ ਕਿ ਹੁਣ ਜਿਹੜਾ ਇਨਟੇਕ ਆ ਉਹ April-May ਦਾ, ਇੱਥੇ ਸਟੂਡੈਂਟਸ ਦਾ ਜਿਹੜਾ ਇਗਜ਼ਾਮ ਹੈ ਉਹ ਮਾਰਚ ਵਿੱਚ ਹੋ ਜਾਏਗਾ। ਅਸੀਂ ਉਹ ਸਕੂਲ ਤੋਂ ਪ੍ਰਡਿਕਟਿਡ ਸਕੂਲ ਸਕੋਰ ਲੈ ਸਕਦੇ ਹੈ, ਮੰਨ ਲਓ ਬੱਚਾ 9th ਵਿੱਚ ਹੈ ਜਾਂ 10th ਵਿੱਚ ਹੈ,
ਤੇ ਹੁਣ ਜਿਹੜੀ ਕਲਾਸ 'ਚ ਉਹਦਾ ਕਿੰਨਾ ਕੁ ਸਕੋਰ ਆਏਗਾ ਬੇਸਡ ਔਨ ਪਿਛਲੇ ਰਿਜ਼ਲਟ ਦੇ ਟੀਚਰ ਲਿਖ ਕੇ ਦੇ ਦਿੰਦੇ ਆ, ਉਹਦੇ ਬਾਅਦ ਨੈਕਸਟ ਕਲਾਸ ਦੀ ਉਹਦੀ ਐਡਮਿਸ਼ਨ ਹੋ ਜਾਏਗੀ ਜਦ ਤੱਕ ਬੱਚੇ ਦਾ ਰਿਜ਼ਲਟ ਆਏਗਾ, ਅਤੇ ਨੈਕਸਟ ਕਲਾਸ ਦੀ ਐਡਮਿਸ਼ਨ ਕਰਾ ਦਾਂਗੇ। ਇਨ ਦਾ ਮੇਨ ਟਾਈਮ ਉਹਦੇ ਜਿਹੜੇ ਪੇਪਰਸ ਹੈ, ਜਿਹੜਾ ਫਾਈਨੈਂਸ਼ੀਅਲ ਪੇਪਰ ਹੈ ਜਾਂ ਪੇਰੈਂਟਸ ਦੇ ਇਨਕਮ ਟੈਕਸ ਰਿਟਰਨ ਵਗੈਰਾ, ਉਹ ਅਸੀਂ ਸਾਰੀ ਫਾਈਲ ਕੰਪਾਈਲ ਕਰਾਂਗੇ ਜਦ ਤੱਕ ਉਹਦਾ ਰਿਜ਼ਲਟ ਆ ਜਾਣਾ, ਔਰ ਫਾਈਲ ਅੰਬੈਸੀ ਵਿੱਚ ਲੌਜ਼ ਹੋ ਜਾਏਗੀ। ਅੱਛਾ, ਇੱਕ ਚੀਜ਼ ਹੋਰ, ਇਹਦੇ ਵਿੱਚ ਆਇਲਸ ਵੀ ਨਹੀਂ ਚਾਹੀਦੀ ਹੈ ਸਕੂਲਿੰਗ ਵੀਜ਼ਾ 'ਚ। ਸਟੂਡੈਂਟ ਖਾਲੀ ਆਪਣੇ ਸਕੂਲ ਤੋਂ ਲਿਖਵਾ ਕੇ ਦੇਗਾ ਕਿ ਉਹ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹਿਆ, ਤਾਂ ਤੁਹਾਡਾ ਹਰ ਚੀਜ਼ ਦਾ ਸਮਾਂ ਔਰ ਟਾਈਮ ਬਚ ਰਿਹਾ। ਥੈਂਕ ਯੂ।